ਖੋਆ ਦੀਆਂ ਵਾਰਦਾਤਾਂ ਦਿਨੋ ਦਿਨ ਵੱਧਦੀਆਂ ਜਾ ਰਹੀਆਂ ਨੇ। ਇਹਨਾਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਦੇ ਹੌਸਲੇ ਇੰਨੇ ਬੁਲੰਦ ਹੋ ਚੁੱਕੇ ਨੇ ਕਿ ਉਹ ਦਿਨ ਦਿਹਾੜੇ ਪੁਲਿਸ ਥਾਣਿਆਂ ਦੇ ਸਾਹਮਣੇ ਵੀ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਨਹੀਂ ਡਰਦੇ। ਇਸ ਦੀ ਇੱਕ ਤਾਜ਼ਾ ਮਿਸਾਲ ਭਿੱਖੀ ਵਿੰਡ ਤੋਂ ਸਾਹਮਣੇ ਆਈ ਹੈ, ਜਿੱਥੇ ਦੋ ਅਣਪਛਾਤੇ ਮੋਟਰਸਾਈਕਲ ਸਵਾਰ ਵਿਅਕਤੀ ਦਿਨ ਦਿਹਾੜੇ ਇੱਕ ਵਿਅਕਤੀ ਤੋਂ 2 ਲੱਖ ਰੁਪਏ ਲੁੱਟ ਕੇ ਫਰਾਰ ਹੋ। ਇਸ ਬਾਰੇ ਜਾਣਕਾਰੀ ਦਿੰਦਿਆਂ ਪੀੜਤ ਵਿਅਕਤੀ ਹੀਰਾ ਸਿੰਘ ਨੇ ਦੱਸਿਆ ਕਿ ਮੈਂ ਕਿਸੇ ਜ਼ਰੂਰੀ ਕੰਮ ਲਈ SBI ਬੈਂਕ ਵਿੱਚੋਂ ਪੈਸੇ ਕਢਵਾ ਕੇ ਆਪਣੇ ਕੁੜਤੇ ਦੀ ਜੇਬ ਵਿੱਚ ਪਾ ਮੋਟਰਸਾਈਕਲ ਤੇ ਸਵਾਰ ਹੋ ਕੇ ਜਾਣ ਹੀ ਲੱਗਾ ਸੀ ਕਿ ਅਚਾਨਕ ਇੱਕਦਮ ਅਣਪਛਾਤੇ ਵਿਅਕਤੀ ਜਿਨ੍ਹਾਂ ਦੇ ਮੂੰਹ ਬੰਨੇ ਹੋਏ ਸੀ ਮੇਰੇ ਕੁੜਤੇ ਦੀ ਜੇਬ ਚੋਂ ਝਪੱਟਾ ਮਾਰ ਪੈਸੇ ਕੱਢ ਫਰਾਰ ਹੋ ਗਏ। ਇਹ ਘਟਨਾ ਪੁਲਿਸ ਥਾਣਾ ਵਿੱਖੀ ਵਿੰਡ ਦੇ ਬਿਲਕੁਲ ਨਜ਼ਦੀਕ ਹੋਈ। ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਹੀਰਾ ਸਿੰਘ ਮੇਰਾ ਨਾਮ। ਹਾਂਜੀ, ਬੈਂਕ ਤੋਂ ਪੈਸੇ ਲੈ ਕੇ ਆਏ ਰਾਤ ਦੇ ਵਿੱਚ, ਖੋਲ ਗਏ ਪੰਜੇ। ਕਿਹੜੀ ਬੈਂਕ ਤੋਂ ਲਿਆਏ? ਸਟੇਟ ਬੈਂਕ ਚੋਂ। ਕਿੰਨੇ ਪੈਸੇ ਸੀ? 2 ਲੱਖ। ਅਤੇ ਕਿੱਥੇ ਖੋਏ ਗਏ? ਅੰਮ੍ਰਿਤਸਰ ਰੋਡ 'ਤੇ ਨਾ, ਬੈਂਕ ਹੈ ਸੈਂਟਰਲ ਬੈਂਕ ਦੇ ਸਾਹਮਣੇ। ਅਤੇ ਕਿੰਨੇ ਕੁ ਵਜੇ ਦਾ ਟਾਈਮ ਹੈ ਜੀ? ਟਾਈਮ ਹੋਣਾ 11:30 ਦਾ। 11:30 ਵਜੇ? ਅਤੇ ਤੁਸੀਂ ਮਗਰ ਬਾਅਦ ਮੋਟਰਸਾਈਕਲ ਲਾਇਆ ਵੀ ਮਗਰ ਪਿੱਛਾ ਕੀਤਾ? ਲਾਇਆ ਪਰ ਉਹਨਾਂ ਕੋਲ ਮੋਟਰਸਾਈਕਲ ਅਸੀਂ 3 ਜਣੇ ਮੋਟਰਸਾਈਕਲ 'ਤੇ ਗਏ, ਉਹ 2 ਜਣੇ ਮੋਟਰਸਾਈਕਲ ਵੱਡਾ ਸੀ ਉਹਨਾਂ ਕੋਲ, ਉਹ ਡਰਾਈ ਨਹੀਂ ਦਿੱਤੀ ਉਹਨਾਂ ਨੇ, ਮਗਰ ਤਾਂ ਅਸੀਂ ਗਏ ਹਾਂ। ਕਿਸਮ ਦੀ ਦਰਖਾਸਤ ਦੇਤੀ ਥਾਣੇ? ਦੇਤੀ। SBI ਬੈਂਕ 'ਚ ਪੈਸੇ ਕਢਾਉਂਦੇ ਹਾਂ ਜੀ, ਮੈਂ ਅਤੇ ਮੇਰੇ ਪਾਪਾ ਜੀ, 2 ਲੱਖ ਰੁਪਇਆ ਜੀ ਭਿੱਖੀ ਵਿੰਡ ਚੌਂਕ 'ਚੋਂ ਮੁੜੇ ਅਤੇ 2 ਲੱਖ ਰੁਪਇਆ ਕਿਸੇ ਨੇ ਲੁੱਟ ਕਰ ਲਈ ਜੀ। ਉਹਦਾ ਪਿੱਛਾ ਵੀ ਕੀਤਾ ਅਤੇ ਪਰ ਨਹੀਂ ਫੜੇ ਗਏ ਜੀ। ਖੋਏ ਕਿੱਥੇ ਗਏ ਜੀ? ਹਾਂਜੀ, ਖੋਏ ਕਿੱਥੇ ਗਏ ਪੈਸੇ? ਪੈਸੇ ਥਾਣਾ ਬੈਂਕ 'ਚ। ਟਾਈਮ ਕਿੰਨੇ ਕੁ ਵਜੇ ਦਾ? 11:26 ਹੈ ਇਹ ਜੀ। ਆਪਣੇ ਹੀਰਾ ਸਿੰਘ ਜੀ ਨੇ ਪੁੱਤਰ ਸਾਰਾ ਸਿੰਘ, ਜੋ ਪਹਿਲਾਂ ਬਿਜਲੀ ਬੋਰਡ 'ਚ ਮੁਲਾਜ਼ਮ ਸੀਗੇ ਅਤੇ ਉਹਨਾਂ ਨੇ ਆਪਣਾ ਨਿੱਜੀ ਵਰਤੋਂ ਵਾਸਤੇ ਸਟੇਟ ਬੈਂਕ ਆਫ ਆਪਣੇ ਇੰਡੀਆ ਵਿੱਚੋਂ 2 ਲੱਖ ਰੁਪਏ ਕਢਵਾਏ ਸੀਗੇ ਅਤੇ ਉਹ ਲੈ ਕੇ ਆਪਣੇ ਘਰ ਜਾ ਰਹੇ ਸੀ। ਜਦੋਂ 2 ਅਣਪਛਾਤੇ ਵਿਅਕਤੀ ਜਿਹੜੇ ਪਿੱਛੋਂ TVS ਅਪਾਚੇ ਮੋਟਰਸਾਈਕਲ 'ਤੇ ਆਏ ਅਤੇ ਉਹਨਾਂ ਜਿਹੜਾ ਬੋਝਾ ਸੀ ਉਹ ਖਿੱਚ ਕੇ ਅਤੇ ਲੈ ਗਏ। ਸਰ, ਕੋਈ CCTV ਕੈਮਰੇ ਦੀ ਵੀ ਹੈਗੀ? ਹਾਂਜੀ, ਅਤੇ ਇਸ ਸੰਬੰਧੀ ਅਸੀਂ ਨਾ CCTV ਕੈਮਰਾ ਚੈੱਕ ਕਰਕੇ ਅਤੇ ਆਪਣੇ ਸੋਰਸ ਲਾ ਕੇ ਅਤੇ ਇਹਨਾਂ ਤਲਾਸ਼ ਜਾਰੀ ਹੈ ਅਤੇ ਮੁਕੱਦਮਾ ਨੰਬਰ ਜਿਹੜਾ 51 ਥਾਣਾ ਭਿੱਖੀ ਵਿੰਡ 'ਚ ਅੰਦਰ ਸੈਕਸ਼ਨ 379 ਵੀ ਦਰਜ ਹੋ ਚੁੱਕਾ 2 ਅਣਪਛਾਤੇ ਵਿਅਕਤੀਆਂ 'ਤੇ। ਸਰ, ਤੁਸੀਂ ਕੀ ਕਾਰਵਾਈ ਕਰ ਰਹੇ ਹੈਗੇ ਇਸ ਤੋਂ ਅੱਗੇ? ਮੈਂ ਇਹਦੀ CCTV ਫੁਟੇਜ ਸਾਰੀ ਚੈੱਕ ਕਰਵਾ ਕੇ ਅਤੇ ਆਪਣੇ ਸਾਈਬਰ ਕ੍ਰਾਈਮ ਸੈੱਲ ਦੀ ਮਦਦ ਲੈ ਕੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜੇ ਡਾਊਨਲੋਡ ਕੀਤਾ ਜਾਊਗਾ।